ਇੰਦੀ ਬਲੰਗ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵੀ ਉਹਨੂੰ ਇਹ ਵੀ ਇਹਨੂੰ ਮੈਂ ਬਰਬਾਦੀ ਵਾਲੇ ਪਾਸੇ ਲੈ ਕੇ ਜਾਵਾਂ ਐਡਾ ਉਹ ਕਾਫਰ ਬਣਿਆ ਹੋਇਆ ਬੰਦਾ ਗੁਰੂ ਜੀ ਦਾ ਨਾਮ ਲੈ ਕੇ ਵੀ ਉਹ ਮੇਰੇ ਤੇ ਕਲੇਮ ਲਵਾ ਰਿਹਾ ਲੋਕਾਂ ਤੋਂ ਵੀ ਹਸਨ ਮੰਨ ਕੇ ਬਾਬੇ ਨਾਨਕ ਵਾਰੇ ਗਲਤ ਬੋਲਦਾ ਮੈਂ ਕਹਿੰਦਾ ਮੈਂ ਵੀ ਗੁਰੂ ਸਾਹਿਬ ਦੇ ਉਹਨਾਂ ਤੇ ਉਹ ਵੀ ਆਵੇ ਤੂੰ ਸੌਂ ਕਾ ਕੇ ਦੱਸੇ ਮੈਨੂੰ ਵੀਡੀਓ ਮੈਂ ਵਾਇਰਲ ਕੀਤੀ ਆ ਕਿ ਉਹਦੇ ਬੰਦਿਆਂ ਨੇ ਜਾਂ ਉਹਨੇ ਕੀਤੀ ਆ ਜੇ ਮੈਂ ਇਦਾਂ ਦੀ ਗਲਤੀ ਕੀਤੀ ਸੀ ਤਾਂ ਤਿੰਨ ਮਹੀਨੇ ਪਹਿਲਾਂ ਉਹਨਾਂ ਨੇ ਮੇਰੀ ਗਲਤੀ ਲੁਕੋ ਕੇ ਕਿਉਂ ਰੱਖੀ ਮੈਨੂੰ ਇਹ ਨਹੀਂ ਪਤਾ ਮੇਰੀ ਹੋਰ ਕੀ ਕੁਝ ਹੋ ਰੱਖੀ ਬੈਠੇ ਹੋਣਗੇ ਕੋਈ ਰਿਕਾਰਡਿੰਗ ਜਾਂ ਕਿਸੇ ਲੜਕੀ ਨਾਲ ਫੋਟੋ ਮੈਨੂੰ ਨਹੀਂ ਪਤਾ ਕੀ ਕੁਝ ਰੱਖਿਆ ਹੋਣਾ ਉਹਨਾਂ ਨੇ ਮੇਰਾ ਔਰ ਉਹ ਬੰਦੇ ਦੀ ਵਰਡਿੰਗ ਸੀ ਜਿਹੜੀ ਕੰਪਰੋਮਾਈਜ਼ ਵਾਲੀ ਨਹੀਂ ਸੀ ਉਹ ਗੱਲਾਂ ਕਰੀਆਂ ਅਸੀਂ ਇਹਨੂੰ ਗਦੇ ਤੋਂ ਘੋੜਾ ਬਣਾਇਆ ਇਹ ਮਰਾਸੀ ਦੀ ਨਹੀਂ ਏਕਾਤ ਨਹੀਂ ਸੀਗੀ ਭਾਈ ਉਹ ਕਹਿੰਦਾ ਸੀ ਵੀ ਇਹ ਕਿਸੇ ਪ੍ਰੋਗਰਾਮ ਤੇ ਗਲਤ ਬੋਲਿਆ ਵਾ ਵੀ ਉਹ ਮੇਰੇ ਕੋਲੇ ਵੀਡੀਓ ਪਈ ਆ ਮੈਂ ਉਹ ਇਹਦਾ ਸਮਝਾਇਆ ਵੀ ਇਹਨੂੰ ਕਿਹਾ ਵੀ ਮੈਂ ਨਹੀਂ ਦਈਏ ਵੀਡੀਓ ਵੈਲ ਕਰਨਾ ਯਾਨੀ ਕਿ ਇਹ ਕਿਸ ਤਰ੍ਹਾਂ ਦਾ ਬਲੈਕਮੇਲ ਬਲੈਕਮੇਲ ਹੈਗੀ ਉਹ ਬੰਦੇ ਨੇ ਜਿੰਨਾ ਵੀ ਮੇਰੀ ਇੱਜ਼ਤ ਦੇ ਖਿਲਾਫ ਬੋਲਣਾ ਸੀਗਾ ਉਹਨੇ ਕੋਈ ਕਸਰ ਨਹੀਂ ਛੱਡੀ ਉਹਦਾ ਜਿਹੜਾ ਹੰਕਾਰ ਹੈ ਮੇਰੇ ਕੋਲ ਰੋਟੀਆਂ ਖਾਧੀਆਂ ਜੀ ਇਹਨੇ ਅੱਛਾ ਇਹ ਪੈਰਾਮੰਟ ਕਲੱਬ ਚ ਰੋਟੀ ਖਵਾਈ ਇਹਨੂੰ ਹੈ ਜੀ ਆਹ ਕੱਪੜੇ ਮੇਰੇ ਮੋੜ ਦੇ ਉਹ ਕਹਿੰਦਾ ਕਿ ਹਸਨ ਕਹਿੰਦਾ ਕਿ ਸਰਪੰਚ ਨੂੰ ਬਾਹਰ ਲੈ ਗਿਆ ਹਸਨ ਕਹਿੰਦਾ ਮੇਰੀ ਸੈਟਿੰਗ ਕਰਵਾ ਦੇ ਜਦੋਂ ਉਹ ਬੰਦਾ ਕਹੀ ਜਾਂਦਾ ਵੀ 30 ਲੱਖ ਰੁਪਈਆ ਬਜਟ ਮੈਨੂੰ ਮਿਲ ਗਿਆ ਜੀ ਵਾਈਟ ਹੈਲ ਤੋਂ ਫਲਾਨੀ ਫਲਾਨੀ ਕੰਪਨੀ ਤੋਂ ਬਜਟ ਮਿਲ ਗਿਆ YouTube ਦੇ ਮੈਂ ਪੈਸੇ ਨਹੀਂ ਦੇਣੇ ਫਿਰ ਬਾਈ ਮੈਂ ਕਾਦੇ ਪੈਸੇ ਦਵਾਉ ਨੂੰ ਮੈਂ ਤਾਂ ਲੈਣੇ ਆ ਤੋ ਸੰਗੋ ਤਾਂ ਮੈਂ ਤਾਂ ਸਵੇਰੇ ਵੀ ਮਾਫੀ ਮੰਗੀ ਆ ਮੈਂ ਹਜ਼ਾਰ ਵਾਰ ਮਾਫੀ ਮੰਗੂਗਾ ਪੂਰੀ ਸਿੱਖ ਸੰਗਤ ਤੋਂ ਮੈਂ ਨਵੇਂ ਮੁੰਡੇ ਨੂੰ ਕਹੂੰਗਾ ਇਹ ਜੇ ਬੰਦੇ ਨਾਲ ਬੇਈਮਾਨ ਬੰਦੇ ਨਾਲ ਕੰਮ ਨਾ ਕਰਿਓ ਅਜਾੜ ਕੇ ਰੱਖ ਦੂਗਾ ਇਹ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜਿਆ ਲੋਕਵਾਜ਼ ਟੀਵੀ ਦੇ ਨਾਲ ਮੈਂ ਪਰਮਜੀਤ ਸਿੰਘ ਦੋਸਤੋ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਹਸਨ ਮਾਨਕ ਵਾਈਰਲ ਹੋ ਰਹੇ ਨੇ ਉਹਨਾਂ ਦੀ ਕੰਟਰੋਵਰਸੀ ਹੋ ਰਹੀ ਹੈ ਉਹਨਾਂ ਦੇ ਪ੍ਰੋਡਿਊਸਰ ਦੇ ਨਾਲ ਤੇ ਕਾਫੀ ਵਿਵਾਦਿਤ ਗੱਲਾਂ ਵੀ ਸਾਹਮਣੇ ਆਈਆਂ ਨੇ ਬੀਤੇ ਦਿਨੀ ਇੱਕ ਵੀਡੀਓ ਵਾਇਰਲ ਆਉਂਦੀ ਹੈ ਜਿਸ ਵਿੱਚ ਇਹ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਬਾਬੇ ਨਾਨਕ ਨੂੰ ਜਾਂ ਸਿੱਖੀ ਖਿਲਾਫ ਕੁਝ ਵਰਡ ਬੋਲੇ ਨੇ ਲੇਕਿਨ ਉਹ ਕਿੰਨੇ ਕੁ ਸੱਚ ਹੈ ਕਿੰਨੀ ਕਿ ਵੀਡੀਓ ਸੱਚ ਹੈ ਅੱਜ ਉਸ ਦਾ ਨਿਰਪੱਖ ਪੱਖ ਜਾਣਨ ਆਏ ਆ ਸਾਡੇ ਨਾਲ ਸੈਦੋ ਕੇ ਪਿੰਡ ਦੇ ਕੁਝ ਲੋਕ ਵੀ ਮੌਜੂਦ ਨੇ ਤੇ ਬਾਈ ਹਸਨ ਵੀ ਮੌਜੂਦ ਹੈ ਬਾਈ ਸਤਿ ਸ੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਵੀਡੀਓ ਵਾਇਰਲ ਹੁੰਦੀ ਆ ਤੁਹਾਡੀ ਜਿਹਦੇ ਵਿੱਚ ਕੁਝ ਸ਼ਬਦ ਵਰਤੇ ਜਾਂਦੇ ਨੇ ਉਹਦੇ ਨਾਲ ਕੁਝ ਹੋਰ ਵੀ ਲੋਕਾਂ ਦੀਆਂ ਵੀਡੀਓ ਵੀ ਆਂਗਾਂ ਨੇ ਕਿ ਇਹਨਾਂ ਨੂੰ ਐ ਹੋਣਾ ਚਾਹੀਦਾ ਜੇ ਕਿ ਗਲਤ ਸ਼ਬਦ ਨੇ ਉਹ ਕੀ ਅਸਲ ਚ ਵੀਡੀਓ ਦੀ ਸਚਾਈ ਹੋ ਮੈਨੂੰ ਜੀ 3 ਮਹੀਨੇ ਹੋ ਗਏ ਘਰੇ ਬੈਠੇ ਨੂੰ ਸਾਰਾ ਪਿੰਡ ਪੂਰੀ ਦੁਨੀਆ ਇਸ ਚੀਜ਼ ਦੀ ਗਵਾਹ ਹੈ 9 ਅਕਤੂਬਰ ਦਾ ਮੈਂ ਘਰੇ ਬੈਠਾ ਜੀ ਕਿਉਂਕਿ ਜਿਹੜੀ ਕੰਪਨੀ ਨਾਲ ਮੈਂ ਕੰਮ ਕਰਦਾ ਸੀਗਾ ਜੀ ਉਹਨਾਂ ਨਾਲ ਸਾਡੇ ਮਤ ਭੇਦ ਹੋ ਗਏ ਇੱਕ ਦੂਜੇ ਨਾਲ ਫਰਕ ਪੈ ਗਿਆ ਉਹ ਪਹਿਲਾਂ ਪੰਚਾਇਤ ਚਾਏ ਪੰਚਾਇਤ ਚ ਉਹਨਾਂ ਨੇ ਜੋ ਜੋ ਉਹਨਾਂ ਤੋਂ ਹੋ ਸਕਿਆ ਜਿੱਦਾਂ ਦੀ ਸ਼ਬਦਾਵਲੀ ਵਰਤੀ ਉਹਨਾਂ ਨੇ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਠੀਕ ਹੈ ਜੀ ਉਹ ਤਾਂ ਫਿਰ ਜਦੋਂ ਮੈਂ ਕਿਹਾ ਵੀ ਮੇਰੇ ਕੋਲੇ ਪੈਸੇ ਹੈ ਨਹੀਂ ਦੇਣ ਨੂੰ ਵੀ ਮੈਂ ਤੁਹਾਡੇ ਨਾਲ ਕੰਮ ਨਹੀਂ ਕਰਨਾ ਵੀ ਕੱਲ ਨੂੰ ਮੈਨੂੰ ਤੁਸੀਂ ਕੁਝ ਵੀ ਦੇ ਕੇ ਮਾਰ ਸਕਦੇ ਆ ਫਿਰ ਉਹ ਜੀ ਪੰਚਾਇਤ ਚ ਬੈਠੇ ਕਹਿੰਦੇ ਵੀ ਅਸੀਂ ਕੋਰਟ ਚ ਸਟੇ ਲੈ ਕੇ ਆਏ ਆ ਮੈਂ ਕਿਹਾ ਫਿਰ ਤੁਸੀਂ ਪੰਚਾਇਤ ਚ ਕੀ ਕਰਨ ਆਏ ਆ ਪੰਚਾਇਤ ਦਾ ਦਾ ਮਤਲਬ ਇਹ ਹੈ ਨਾ ਵੀ ਆਪਾਂ ਕੋਈ ਫੈਸਲਾ ਜੇ ਕਰਨਾ ਤਾਂ ਚਾਰ ਜਿਹੜੇ ਮੋਤਵਾਰ ਬੰਦੇ ਹੁੰਦੇ ਉਹਨਾਂ ਨੂੰ ਬਾਹ ਕੇ ਫੈਸਲਾ ਕੀਤਾ ਜਾਂਦਾ ਦੋਨਾਂ ਧਿਰਾਂ ਦੀ ਗੱਲ ਸੁਣੀ ਜਾਂਦੀ ਹੈ ਮੈਂ ਕਿਹਾ ਮੈਂ ਤਾਂ ਕੋਰਟ ਚ ਗਿਆ ਨਹੀਂ ਮੈਂ ਵੀ ਤੁਸੀਂ ਸਰਪੰਚ ਸਾਹਿਬ ਨੂੰ ਜਾਂ ਪੰਚਾਇਤ ਮੈਂਬਰਾਂ ਜਾਂ ਮੇਰੇ ਪਿੰਡ ਦੇ ਆ ਉਹਨਾਂ ਨੂੰ ਤੁਸੀਂ ਦੱਸਿਆ ਵੀ ਮੈਂ ਕੋਰਟ ਚ ਜਾਣਾ ਸੋ ਕੋਰਟ ਚ ਵੀ ਮੈਂ ਗਿਆ ਜੀ ਮੈਂ ਤੀਜੀ ਤਰੀਕ ਤੇ ਮੈਂ ਜਾ ਕੇ ਆਇਆ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਮੇਰਾ ਹੁਣ ਕੋਰਟ ਚ ਜਿਹੜਾ ਕੇਸ ਹੈ ਮੇਰੇ ਪੱਖ ਵਾਂ ਲ ਆ ਰਿਹਾ ਤਾਂ ਉਹਨਾਂ ਨੇ ਇੱਕੋ ਕਿਸੇ ਪੁਰਾਣੇ ਮੇਰੇ ਪ੍ਰੋਗਰਾਮ ਚੋਂ ਤਿੰਨ ਮਹੀਨੇ ਲੋਕਾਂ ਨੂੰ ਪਤਾ 9 ਅਕਤੂਬਰ ਦਾ ਮੈਂ ਘਰੇ ਬੈਠਾ ਜੇ ਮੈਂ ਇਦਾਂ ਦੀ ਗਲਤੀ ਕੀਤੀ ਸੀ ਤਾਂ ਤਿੰਨ ਮਹੀਨੇ ਪਹਿਲਾਂ ਉਹਨਾਂ ਨੇ ਮੇਰੀ ਗਲਤੀ ਲੁਕੋ ਕੇ ਕਿਉਂ ਰੱਖੀ ਜੇ ਮੈਂ ਕੁਝ ਗਲਤ ਬੋਲਿਆ ਕੋਈ ਮਾ ਸ਼ਬਦਾਬਲੀ ਮੈਂ ਵਰਤੀ ਆ ਮੈਂ ਕੋਈ ਐਡਾ ਵਿਦਵਾਨ ਨਹੀਂ ਹੈਗਾ ਜੇ ਮੈਂ ਕੋਈ ਉਹ ਚੀਜ਼ ਬੋਲੀ ਆ ਤਾਂ ਮੈਂ ਤਾਂ ਸਵੇਰੇ ਵੀ ਮਾਫੀ ਮੰਗੀ ਆ ਮੈਂ ਹਜ਼ਾਰ ਵਾਰ ਮਾਫੀ ਮੰਗੂਗਾ ਪੂਰੀ ਸਿੱਖ ਸੰਗਤ ਤੋਂ ਠੀਕ ਆ ਨਾ ਕਿਉਂਕਿ ਸੰਗਤ ਦੇ ਵਿੱਚ ਰੱਬ ਵੱਸਦਾ ਤੇ ਮੈਂ ਕੋਈ ਐਡਾ ਵੱਡਾ ਗਵਈਆ ਨਹੀਂ ਐਡਾ ਮੈਂ ਵੱਡੀ ਕੋਈ ਉਮਰ ਦਾ ਨਹੀਂ ਹੈਗਾ ਵੱਡੀ ਵੱਡੀ ਉਮਰ ਦੇ ਲੋਕਾਂ ਤੋਂ ਵੀ ਵਾਈ ਕਈ ਵਾਰੀ ਜਵਾਨ ਉਲਟ ਜਾਂਦੀ ਹੈ ਕੁਝ ਕਿਹਾ ਜਾਂਦਾ ਜੇ ਮੈਂ ਕਿਸੇ ਪ੍ਰੋਗਰਾਮ ਤੇ ਕੋਈ ਸ਼ਬਦ ਬੋਲੇ ਆ ਜੇ ਮੇਰੇ ਸਿੱਖ ਭਾਈ ਚਾਰੇ ਨੂੰ ਮੈਂ ਵੀ ਸਿੱਖ ਆ ਬਾਬੇ ਮਰਦਾਨੇ ਦੀ ਲਾਦਾ ਮੈਂ ਕੋਈ ਯੂਪੀ ਬਿਹਾਰ ਤੋਂ ਨਹੀਂ ਆਇਆ ਹੋਇਆ ਮੈਂ ਵੀ ਸਿੱਖ ਹਾਂ ਸੋ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਜੇ ਮੈਂ ਉਹ ਸ਼ਬਦ ਬੋਲੇ ਆ ਤਾਂ ਮੈਂ ਸਾਰੀ ਸਿੱਖ ਸੰਗਤ ਤੋਂ ਸਿੱਖ ਭਾਈ ਜਾਰੇ ਤੋਂ ਚੀਜ਼ ਦੀ ਹੱਥ ਜੋੜ ਕੇ ਸਿਰ ਝੁਕਾ ਕੇ ਮਾਫੀ ਮੰਗ ਰਿਹਾ ਤੇ ਮੰਗਦਾ ਰਹੂੰਗਾ ਜਿੰਨਾ ਟਾਈਮ ਮੇਰੀ ਜ਼ਿੰਦਗੀ ਆ ਇਹ ਵੀਡੀਓ ਹਿੰਦੀ ਨੇ ਵਾਇਰਲ ਕਰਵਾਈਆ ਤੁਹਾਡੇ ਸਭ ਨੂੰ ਕਿਉਂਕਿ ਮੇਰੀ ਗੱਲ ਸੁਣੋ ਮਹਾਰਾਜ ਮੈਂ ਆਪਦੀ ਜਿਹੜੀ ਫਰਜ ਮੰਨੋ ਜੇ ਮੇਰੀ ਗਲਤੀ ਆ ਮੈਂ ਆਪਦੀ ਗਲਤੀ ਲੋਕਾਂ ਚ ਕਿਉਂ ਦਿਖਾਉਂਗਾ ਜੀ ਵੀ ਮੈਂ ਵੀ ਮੇਰਾ ਕੋ ਨਾਂ ਬਣ ਜੂਗਾ ਉਹਦੇ ਨਾਲ ਮੈਨੂੰ ਪਤਾ ਨਹੀਂ ਮੈਂ ਪੰਜਾਬ ਦਾ ਰਹਿਣ ਵਾਲ ਵੀ ਮੈਂ ਪੰਜਾਬੀਆਂ ਲਈ ਜਾਂ ਸਾਡੇ ਗੁਰੂ ਸਾਹਿਬਾਨ ਲਈ ਜਾਂ ਸਾਡੇ ਭਾਈਚਾਰੇ ਲਈ ਕੁਝ ਗਲਤ ਬੋਲੂਗਾ ਤੇ ਲੋਕ ਯਾਰ ਮਨਜ਼ੂਰ ਕਿਵੇਂ ਕਰ ਲੈਣਗੇ ਹੂੰ ਸੋ ਉਹਨੂੰ ਜਦੋਂ ਪਤਾ ਲੱਗ ਗਿਆ ਮੈਂ ਵੀ ਚੀਜ਼ ਕਰਨਾ ਜਿਵੇਂ ਗੁਰੂ ਜੀ ਨੂੰ ਜੇ ਉਹ ਕਹਿੰਦਾ ਵੀ ਮੈਂ ਅਸਲੀ ਸਿੱਖ ਹਾਂ ਜਾਂ ਮੈਂ ਸੱਚਾ ਹਾਂ ਮੈਂ ਕਹਿੰਦਾ ਮੈਂ ਵੀ ਗੁਰੂ ਸਾਹਿਬ ਦੇ ਉਹਨਾਂ ਤੇ ਉਹ ਵੀ ਆਵੇ ਉੱਥੇ ਸੌਂਗਾ ਕੇ ਦੱਸੇ ਮੈਨੂੰ ਵੀ ਵੀਡੀਓ ਮੈਂ ਵਾਇਰਲ ਕੀਤੀ ਆ ਕਿ ਉਹਦੇ ਬੰਦਿਆਂ ਨੇ ਜਾਂ ਉਹਨੇ ਕੀਤੀ ਆ ਤਿੰਨ ਮਹੀਨਿਆਂ ਬਾਅਦ ਭਾਈ ਓਨੀ ਕੀ ਹੀ ਵੀਡੀਓ ਕਿਉਂ ਮੂਰੇ ਆਈ ਆ ਹੂੰ ਓਨੀ ਕੀ ਵੀਡੀਓ ਹੀ ਮੂਰੇ ਕਿਉਂ ਆਈ ਆ ਭਾਈ ਅਸਲ 'ਚ ਗੱਲ ਕੀ ਸੀ ਗੱਲ ਯਾਰ ਮੈਨੂੰ ਨਾ ਉੱਤੇ ਕੋ ਮੁੰਡਾ ਮਿਲਿਆ ਕਿਸ਼ਨਪੁਰੇ ਮੇਰਾ ਪ੍ਰੋਗਰਾਮ ਸੀਗਾ ਮੋਗੇ ਕੋਲੇ ਮੈਨੂੰ ਵੀ ਅੱਜ ਉਹਨਾਂ ਨੇ ਵੀਡੀਓ ਭੇਜੀ ਐ ਨਾ ਉਹਦੇ ਥੱਲੇ ਜਿਹੜਾ ਲਿਖਿਆ ਆ ਰਿਹਾ ਵੀ ਕਿਸ਼ਨਪੁਰਾ ਲਾਈਵ ਪ੍ਰੋਗਰਾਮ ਚੱਲ ਰਿਹਾ ਸੀਗਾ ਤੇ ਬਾਈ ਜੀ ਉਹ ਨਾ ਮੇਰੇ ਨਾਲ ਗੱਲਾਂ ਕਰ ਲੱਗਾ ਕਹਿੰਦਾ ਯਾਰ ਮੇਰੇ ਵੀ ਪਿਤਾ ਜੀ ਇੱਥੇ ਇੰਡੀਆ ਰਹਿੰਦੇ ਸੀ ਕਹਿੰਦਾ ਮੈਂ ਕੈਨੇਡਾ ਰਹਿੰਦਾ ਸੀਗਾ ਕਹਿੰਦਾ ਵੀ ਮੈਂ ਚਾਰ ਫਰਿੱਜਾਂ ਦਿੱਤੀਆਂ ਵੀ ਸਾਡੇ ਚਾਰ ਜਗ੍ਹਾ ਹੈਗੀਆਂ ਪਿੰਡ 'ਚ ਵੀ ਦੋ ਕਹਿੰਦਾ ਜਿਹੜੀ ਜਿਹਦੇ 'ਚ ਆਪਾਂ ਡੈੱਡ ਬਾਡੀ ਰੱਖਦੇ ਹੋਂ ਦਿੱਤੀਆਂ ਦੋ ਕਹਿੰਦਾ ਮੈਂ ਪਾਣੀ ਵਾਲੀਆਂ ਵੀ ਲਵਾਈਆਂ ਕਹਿੰਦਾ ਪਰ ਮੇ ਕੱਲੇ ਸੀਗਾ ਘਰੇ ਕਹਿੰਦਾ ਕਿਸੇ ਨੇ ਸਾਂਭਿਆ ਨਹੀਂ 6 ਮਹੀਨੇ ਹਨਾ ਵੀ ਕਿਤੇ ਕਿਸੇ ਕੋਲ ਚਲੇ ਗਿਆ ਕਿਸੇ ਕੋਲ ਚਲੇ ਗਿਆ ਕਹਿੰਦਾ 2-4 ਦਿਨ ਭੈਣ ਭਾਈ ਰੱਖਦੇ ਜਿਆਦਾ ਟਾਈਮ ਬਿਮਾਰ ਬੰਦੇ ਨੂੰ ਕੋਈ ਨਹੀਂ ਰੱਖਦਾ ਹਨਾ ਜੀ ਤੇ ਕਹਿੰਦਾ ਮੈਂ ਨਾ ਇਹ ਸੋਚੀਗਾ ਵੀ ਮੈਨੂੰ ਉਹਨੂੰ ਵੀਜ਼ਾ ਨਹੀਂ ਮਿਲਿਆ ਕੈਨੇਡਾ ਤੋਂ ਇੱਥੇ ਉਹਨੇ ਇੰਡੀਆ ਆਉਣਾ ਸੀਗਾ ਉਹਨੂੰ ਵੀਜ਼ਾ ਨਹੀਂ ਮਿਲਿਆ ਕਹਿੰਦਾ ਮੈਂ ਸੋਚਣ ਲੱਗ ਗਿਆ ਵੀ ਯਾਰ ਮੈਂ ਅੱਜ ਕੈਨੇਡਾ ਦਾ ਸਿਟੀਜ਼ਨ ਆ ਸਾਰਾ ਕੁਝ ਆ ਮੇਰੇ ਕੋਲੇ ਵੀ ਪਰ ਮੈਂ ਆਪਣੇ ਬਾਪ ਦਾ ਹਨਾ ਵੀ ਇੱਕ ਮੂੰਹ ਵੀ ਨਹੀਂ ਟਕ ਸਕਿਆ ਮੈਂ ਉਹਦੇ ਜਾਂਦੇ ਹੋਏ ਦੇ ਮੂੰਹ 'ਚ ਪਾਣੀ ਵੀ ਨਹੀਂ ਪਾ ਸਕਿਆ ਵੀ ਕੀ ਫਾਇਦਾ ਉਹੀ ਚੀਜ਼ ਮੈਂ ਸਟੇਜ ਤੇ ਬੋਲ ਮੈਨਾਂ ਕਹੇ ਜੇ ਆਪਾਂ ਫਰਜ਼ ਮੰਨੋ ਆਪਾਂ ਜਿਉਂਦੇ ਮਾਪਿਆਂ ਨੂੰ ਸਾਂਭ ਨਹੀਂ ਸਕਦੇ ਤਾਂ ਮਗਰ ਉਹਨਾਂ ਦੇ ਨਾਂ ਤੇ ਫਰਿੱਜਾਂ ਦੇਣ ਦਾ ਕੋਈ ਫਾਇਦਾ ਨਹੀਂ ਮੈਂ ਕਿਹਾ ਉੱਥੇ ਕਿਹੜਾ ਵੀ ਸਕੰਜਵੀ ਪੀਣੀ ਆ ਬਾਬਾ ਨੇ ਆਕੇ ਇਹ ਸ਼ਬਦ ਹਾਂ ਮੈਂ ਕਹ ਵੀ ਗੁਰੂਦੇਵ ਮਾਤਾ ਗੁਰੂਦੇਵ ਪਿਤਾ ਪੂਰੀ ਮੇਰੀ ਵੀਡੀਓ ਦਿਖਾਉਂਦੇ ਫਿਰ ਤਾਂ ਮੈਂ ਕਹਿੰਦਾ ਹਨ ਸੋ ਮੈਂ ਵੀ ਨਹੀਂ ਕਹਿੰਦਾ ਵੀ ਜੇ ਮੈਂ ਬੋਲਿਆ ਕੁਝ ਗਲਤ ਬੋਲਿਆ ਤੇ ਮੈਂ ਸਾਰੀ ਸੰਗਤ ਤੋਂ ਉਹ ਚੀਜ਼ ਦੀ ਮਾਫੀ ਜਾਊਂਗਾ ਪਰ ਮੈਂ ਕਦੇ ਕਿਸੇ ਨੂੰ ਟਾਰਗੇਟ ਕਰਕੇ ਨਹੀਂ ਬੋਲਿਆ ਵੀ ਇਹ ਚੀਜ਼ ਮੈਂ ਕਿਸੇ ਜਾਂ ਕਮੇਟੀ ਨੂੰ ਜਾਂ ਕੋਈ ਕੋਈ ਵੀ ਧਾਰਮਿਕ ਜਿਹੜੇ ਸਾਡੇ ਜਥੇਦਾਰਾਂ ਜਾਂ ਕੋਈ ਵੀ ਆਗੂ ਆ ਮੈਂ ਉਹਨਾਂ ਨੂੰ ਟਾਰਗੇਟ ਕਰਕੇ ਨਹੀਂ ਮੈਂ ਬੋਲਿਆ ਇੱਕ ਮੇਰੇ ਜੋ ਦਿਲ ਦੀ ਭਾਵਨਾ ਸੀਗੀ ਚਾਹੇ ਮੈਂ ਉਹ ਗਲਤ ਬੋਲਿਆ ਚਾਹੇ ਮੈਂ ਉਹ ਸਹੀ ਬੋਲਿਆ ਪਰ ਮੈਂ ਇਹ ਚਾਹਨਾ ਵੀ ਜਿਹੜੀ ਸੰਗਤ ਆ ਉਹ ਬਖਸ਼ਣਾ ਰਾਜੀ ਉਹ ਮੈਨੂੰ ਮਾਫੀ ਦੇ ਸਕਦੇ ਆ ਪਰ ਮੈਨੂੰ ਤਾਂ ਇੰਦੀ ਬਲਿੰਗ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵੀ ਉਹਨੂੰ ਇਹ ਵੀ ਇਹਨੂੰ ਮੈਂ ਬਰਬਾਦੀ ਵਾਲੇ ਪਾਸੇ ਲੈ ਕੇ ਜਾਵਾਂ ਹਾਂ ਜੀ ਪਹਿਲਾਂ ਉਹਨਾਂ ਇੰਦੀ ਦੀ ਵੀਡੀਓ ਵੀ ਦੇਖੀ ਸੀ ਉਹ ਸਾਰੀ ਪੰਚਾਇਤ ਖੜੀ ਆ ਤੇ ਪੰਚਾਇਤ ਵਿੱਚ ਵੀ ਤੁਹਾਡੀ ਗੱਲ ਬਹੁਤ ਹੋਈ ਆ ਤੁਸੀਂ ਵੀ ਕਹੇ ਸੀ ਅਸਲ 'ਚ ਮੈਂ ਥੋੜਾ ਜਿਹਾ ਪਿੱਛੇ ਵੱਲ ਜਾਵਾਂ ਕਾਰਨ ਕੀ ਬਣਿਆ ਕਿ ਕਿਉਂ ਇੰਦੀ ਦੇ ਨਾਲ ਡਿਸਬਿਊਟ ਪਿਆ ਕਿਉਂਕਿ ਪ੍ਰੋਡਿਊਸਰ ਆ ਤੁਹਾਡਾ ਤੁਹਾਡਾ ਤਾਲ ਮੇਲ ਚੰਗਾ ਚਾਹੀਦਾ ਸੀ ਬਾਈ ਜੀ ਉਹਨੂੰ ਬੋਲਣ ਦਾ ਬਿਲਕੁਲ ਵੀ ਪਤਾ ਨਹੀਂ ਮੈਨੂੰ ਇਹ ਨਹੀਂ ਪਤਾ ਮੇਰੀਆਂ ਹੋਰ ਕੀ ਕੁਝ ਹੋ ਰੱਖੀ ਬੈਠੇ ਹੋਣਗੇ ਕੋਈ ਰਿਕਾਰਡਿੰਗ ਜਾਂ ਕਿਸੇ ਲੜਕੀ ਨਾਲ ਫੋਟੋ ਮੈਨੂੰ ਨਹੀਂ ਪਤਾ ਕੀ ਕੁਝ ਰੱਖਿਆ ਹੋਣਾ ਉਹਨਾਂ ਨੇ ਮੇਰਾ ਕਿਉਂਕਿ ਜਿਹੜੇ ਇਹ ਲੋਕ ਆ ਇਹ ਲੋਕ ਉਹਨਾਂ ਟਾਈਮ ਤੁਹਾਨੂੰ ਪਿਆਰ ਨਾਲ ਬੁਲਾਉਂਦੇ ਆ ਇੱਜ਼ਤ ਕਰਦੇ ਜਿੰਨਾ ਟਾਈਮ ਇਹਨਾਂ ਨੂੰ ਆਪਣਾ ਮਤਲਬ ਹੁੰਦਾ ਹੁਣ ਮੈਂ ਇੱਕ ਗੱਲ ਕਹਿਣਾ ਜੇ 3 ਮਹੀਨੇ ਪਹਿਲਾਂ ਮੈਂ ਪ੍ਰੋਗਰਾਮ ਲਾਇਆ ਪਹਿਲਾਂ ਕਿਉਂ ਨਹੀਂ ਇਹ ਗੱਲ ਮੂਰਿਆਈ ਹੁਣੀ ਕਿਉਂ ਵਧਾ ਕੇ ਲਿਆਂਦੀ ਗਈ ਜੇ ਮੈਂ ਗਲਤੀ ਕੀਤੀ ਸੀ ਮੇਰੇ ਭਾਈ ਦੋ ਜੁੱਤੀਆਂ ਮਾਰਦਾ ਸਿਰ 'ਚ ਵੀ ਤੂੰ ਐਦਾਂ ਕਿਉਂ ਬੋਲਿਆ ਉਹ ਉੱਥੇ ਸੋ ਮੈਨੂੰ ਉਹ ਕਹਿੰਦਾ ਸਮਝਾਉਂਦਾ ਦੂਜੀ ਗੱਲ ਜੇ ਮੈਂ ਗਲਤ ਆ ਤਾਂ ਤੁਸੀਂ ਕਿਸੇ ਬੰਦੇ ਦੀ ਗਲਤੀ ਨੂੰ ਲੁਕਾਉਂਗੇ ਕਿ ਲੋਕਾਂ 'ਚ ਜੱਗ ਜਾਰ ਕਰੋਗੇ ਵੀ ਸਾਡਾ ਤਾਂ ਬੰਦੇ ਕਾ ਪਿੱਛੇ ਵੱਲ ਜਾਣਾ ਚਾਹੁੰਦਾ ਕਿ ਕਾਰਨ ਕੀ ਬਣਿਆ ਕਿਉਂ ਇੰਦੀ ਨੂੰ ਕਿਉਂ ਵਾਇਰਲ ਕਰਨ ਦੀ ਲੋੜ ਪੈ ਗਈ ਮੈਂ ਕਰਦਾ ਉਹੀ ਗੱਲ ਕਰਦਾ ਵੀ ਜੇ ਕੋਈ ਬੰਦਾ ਗਲਤ ਆ ਫਰਜ ਮੰਨੋ ਮੈਂ ਗਲਤ ਬੋਲਿਆ ਮੈਂ ਗਲਤ ਕਿਹਾ ਵੀ ਮੈਂ ਆਇਆ ਨਾ ਕਰੂ ਫਿਰ ਜਾਣਾ ਚੜਾਓ ਕੁਝ ਵੀ ਨਾ ਕਰੋ ਹਨਾ ਬਾਈ ਵੀ ਫਿਰ ਉਹ ਮੇਰੀ ਗੱਲ ਨੂੰ ਲੁਕਾਉਂਦਾ ਜੇ ਉਹਨੂੰ ਇੰਨਾ ਹੀ ਫਿਗਰ ਸੀ ਨਾ ਉਹ ਗੱਲ ਨੂੰ ਲੁਕਾਉਂਦਾ ਲੋਕਾਂ 'ਚ ਵੀਡੀਓ ਨਾ ਭੇਜਦਾ ਕੋਈ ਬੰਦਾ ਕਹਿ ਦੇਵੇ ਮੈਂ ਵੀਡੀਓ ਸ਼ੇਅਰ ਕੀਤੀ ਆ ਜਾ ਮੈਂ ਕਿਸੇ ਨੂੰ ਵੀਡੀਓ ਵਾਇਰਲ ਕੀਤੀ ਆ ਮੈਂ ਤਾਂ ਸਵੇਰ ਦਾ ਮਾਫੀ ਮੰਗੀ ਜਾਂਣਾ ਸਾਢੇ ਦਾ ਸਵੇਰ ਦਾ ਐ ਘਰੇ ਹੋਇਆ ਪਿਆ ਜਿਵੇਂ ਮਰਗ ਹੋ ਗਈ ਹੁੰਦੀ ਆ ਨਾ ਵੀ ਆ ਕਿ ਚੀਜ਼ ਬਣ ਗਈ ਐ ਤਾਂ ਪਹਿਲਾਂ ਪਰੇਸ਼ਾਨੀ ਚ ਭੱਜੇ ਫਿਰਦੇ ਸੀਗੇ ਹੂੰ ਦੁਬਾਰਾ ਫੇਰ ਸਾਨੂੰ ਇੱਕ ਹੋਰ ਇੱਕ ਸਾਹਮਣੇ ਚੀਜ਼ ਆਏ ਚਲੋ ਕੋਈ ਨਹੀਂ ਮੈਂ ਜਾ ਕੇ ਮੈਂ ਸ਼ਰੋਮਣੀ ਕਮੇਟੀ ਅੱਗੇ ਜਿੰਨੇ ਸਿੱਖ ਭਾਈਚਾਰੇ ਦੇ ਸਾਡੇ ਅੱਗੂ ਮੈਂ ਸਾਰਾ ਤੋਂ ਮਾਫੀ ਮੰਗ ਲੂੰਗਾ ਜੇ ਮੈਂ ਕਿਸੇ ਦੇ ਦਿਲ ਨੂੰ ਮੇਰੇ ਸ਼ਬਦਾਂ ਨੇ ਕਿਉਂਕਿ ਮੈਂ ਐਡਾ ਸਿਆਣਾ ਨਹੀਂ ਵੀ ਮੈਂ ਬਾੜਾ ਵੀ ਮੈਂ ਹਰੇਕ ਗੱਲ ਹੀ ਮੈਂ ਵਧੀਆ ਕਰੂੰਗਾ ਵੱਡੇ ਵੱਡੇ ਵਿਦਵਾਨਾਂ ਤੋਂ ਕਈ ਵਾਰੀ ਕੋਈ ਇਦਾਂ ਦੀ ਗੱਲ ਨਿਕਲ ਜਾਂਦੀ ਹੈ ਤੇ ਬਖਸ਼ਣ ਹਾਰਾ ਸੰਗਤ ਪਰ ਬਾਈ ਜੀ ਉਹ ਬੰਦੇ ਨੇ ਉਹ ਪੰਚਾਇਤ ਚ ਆਇਆ ਉਹ ਬੰਦੇ ਨੇ ਜਿੰਨਾ ਵੀ ਮੇਰੀ ਇੱਜ਼ਤ ਦੇ ਖਿਲਾਫ ਬੋਲਣਾ ਸੀਗਾ ਉਹਨੇ ਕੋਈ ਕਸਰ ਨਹੀਂ ਛੱਡੀ ਜੀ ਇਹ ਲੋਕ ਕੋਲੇ ਗਵਾਹ ਮੇਰੇ ਇਹਨਾਂ ਨੂੰ ਪੁੱਛ ਲਓ ਕਿਵੇਂ ਉਹ ਅਕਾਤ ਬੇਅਕਾਤ ਜਾਂ ਜਾਤੀ ਬਾਰੇ ਉਹ ਸਭ ਤੁਹਾਨੂੰ ਦੱਸ ਦੇਣਗੇ ਕੀ ਕਿਉਂਕਿ ਕੁਝ ਬੋਲ ਕੇ ਨਹੀਂ ਜਦੋਂ ਤੁਹਾਨੂੰ ਇਦਾਂ ਬੋਲਿਆ ਜਾਂ ਜਾਤੀ ਸ਼ੂਚਕ ਸ਼ਬਦ ਵਰਤੇ ਆ ਉਹ ਪੰਚਾਇਤ ਚ ਵਰਤੇ ਸੀ ਜਾਂ ਤੁਹਾਡੇ ਨਾਲ ਕੋਈ ਫੋਨ ਕਾਲ ਜਾਂ ਵੀਡੀਓ ਕਾਲ ਤੇ ਜਦੋਂ ਇਹਨਾਂ ਨੇ ਗਾਲਾਂ ਕੱਢੀਆਂ ਜੀ 9 ਤਰੀਕ ਨੂੰ ਹਨਾ ਉਹ ਮੈਂ ਸਾਰਿਆਂ ਨੂੰ ਦੱਸ ਚੁੱਕਿਆ ਉਹ ਜੀ 9 ਤਰੀਕ ਨੂੰ ਇੰਦੀ ਨੇ ਗਾਲਾਂ ਕੱਢੀਆਂ ਅਕਤੂਬਰ ਨੂੰ ਹਾਂ ਜੀ 9 ਅਕਤੂਬਰ ਨੂੰ ਬੱਲਪਿੰਡ ਸਾਡਾ ਪ੍ਰੋਗਰਾਮ ਸੀਗਾ ਹੂੰ ਅੱਜ ਉਹਤੇ ਗਏ ਉਹਨਾਂ ਨੇ ਮੇਰੀ ਰਾਸ਼ੀ ਮੈਨੂੰ ਦਿੱਤੀ ਜਿਹੜੀ ਪ੍ਰੋਗਰਾਮ ਦੀ ਸੀ ਤੇ 50000 ਰੁਪਏ ਅਲੱਗ ਤੋਂ ਉਹਨਾਂ ਨੇ ਵੀ ਬੀਬੀ ਜਲੀ ਫੜਾਇਆ ਸਰਵ ਡਿਸਬਿਊਟ ਦਾ ਕਾਰਨ ਬਣਦਾ ਮਾਨਕ ਜੀ ਲਈ ਕਿਉਂਕਿ ਇਹਨੂੰ ਐ ਸੀ ਵੀ ਜੇ ਘਰੇ ਜਾਊਗਾ ਉਹਨਾਂ ਕੋਲੇ ਵੀ ਪਿਆਰ ਇਹਨਾਂ ਦਾ ਆਪਸ ਵਿੱਚ ਫੇਰ ਵੱਧ ਜਾਊਗਾ ਉਹ ਚਾਹੁੰਦਾ ਸੀ ਵੀ ਇਹ ਮੇਰੇ ਜੋਗਾ ਹੀ ਰਹਿ ਜਾਵੇ ਹੁਣ ਵੀ ਉਹ ਤਾਂ ਹੀ ਆ ਚੀਜ਼ਾਂ ਕਰੀ ਜਾਂਦਾ ਮੈਨੂੰ ਇਹ ਨਹੀਂ ਪਤਾ ਵੀ ਉਹ ਅੱਗੇ ਪਤਾ ਨਹੀਂ ਕੀ ਕਰਨਗੇ ਉਹ ਜੀ ਹਨਾ ਜਦੋਂ ਹੁਣ ਹੁਣ ਜਦੋਂ ਮਾਨਯੋਗ ਅਦਾਲਤ ਨੇ ਕੋਈ ਫੈਸਲਾ ਕਰਨਾ ਤੁਸੀਂ ਫਿਰ ਉਹਦੇ ਤੇ ਖੜੋ ਮੈਨੂੰ ਕਿਉਂ ਤੁਸੀਂ ਬਦਨਾਮੀ ਤੇ ਰਾਵਾਂ ਲੈ ਕੇ ਚੱਲੇ ਹੋ ਤੁਸੀਂ ਉਹ ਗੁਰੂਆਂ ਨੂੰ ਉਹਨਾਂ ਨੂੰ ਇੱਕ ਤੁਸੀਂ ਅੱਗੇ ਲਿਆ ਕੇ ਤੁਸੀਂ ਉਹਨਾਂ ਦੇ ਨਾਂ ਨੂੰ ਅੱਗੇ ਲਿਆ ਕੇ ਤੁਸੀਂ ਯਾਰ ਐਨੇ ਕਾਫਰ ਨਾ ਬਣੋ ਐਡਾ ਉਹ ਕਾਫਰ ਬਣਿਆ ਹੋਇਆ ਬੰਦਾ ਗੁਰੂ ਜੀ ਦਾ ਨਾਮ ਲੈ ਕੇ ਵੀ ਉਹ ਮੇਰੇ ਤੇ ਕਲੇਮ ਲਵਾ ਰਿਹਾ ਲੋਕਾਂ ਤੋਂ ਵੀ ਹਸਨ ਮਾਨ ਕਨੇ ਬਾਬੇ ਨਾਨਕ ਬਾਰੇ ਗਲਤ ਬੋਲਦਾ ਬਈ ਉਹਨੇ ਇੱਕ ਇੰਟਰਵਿਊ ਚ ਕਹਿ ਸੀ ਕਿ ਤੁਸੀਂ 25 ਲੱਖ ਰੁਪਇਆ ਕਹਿਤਾ ਕਿ ਮੈਂ ਦੇ ਦਿੰਨਾਗਾ ਕਿਉਂਕਿ 65 ਦੀ ਸ਼ਾਇਦ ਗੱਲ ਹੋਈ ਸੀ ਕਿ 55 ਦੀ ਕੁਛ ਇਦਾਂ ਦੀ ਗੱਲ ਹੋਈ ਆ ਤੁਸੀਂ ਕਹਿ ਸੀ ਮੈਂ 25 ਲੱਖ ਦੇ ਦਿੰਨਾ ਲੈ ਜੀ ਉੱਥੇ ਗੱਲ ਚੱਲੀ ਜਦੋਂ ਅਸੀਂ ਪੰਚਾਇਤ ਚ ਬੈਠੇ ਸੀ ਉਹ ਕਹਿੰਦਾ ਜੀ ਮੇਰਾ ਹੁਣ ਤੱਕ 65 ਲੱਖ ਰੁਪਇਆ ਲੱਗ ਗਿਆ ਮੈਂ ਕਿਹਾ ਵੀ ਚਲੋ ਠੀਕ ਆ ਤੇ ਸਾਡੇ ਜਿਹੜੇ ਪੰਚਾਇਤ ਦੇ ਬੰਦੇ ਕੋਲ ਬੈਠੇ ਸੀ ਕਹਿੰਦੇ ਵੀ ਆਪਾਂ ਕੋਈ ਨਹੀਂ ਤੈਨੂੰ ਅਸੀਂ 10 ਦਿਨਾਂ ਦਾ ਸਾਨੂੰ ਟਾਈਮ ਦੇ ਕਹਿੰਦਾ ਚਲੋ ਐਂ ਕਰੋ ਅੱਧ ਪਚਾਦੀ ਵੀ ਦਵਾ ਦਿਓ 25 ਵੀ ਦਵਾ ਦਿਓ ਕਹਿੰਦਾ ਮੈਂ ਕਿਹਾ ਵੀ 10 ਦਿਨਾਂ ਦਾ ਟਾਈਮ ਦੇ ਇਹ ਸੋਚ ਕੇ ਦੱਸ ਦਾਂਗੇ ਫਿਰ ਜਾਂਦਾ ਮੇਰੇ ਨਾਲ ਹੱਥ ਮਲਾ ਕੇ ਗਿਆ ਕਹਿੰਦਾ ਜੀ 13 ਤਰੀਕ ਨੂੰ ਆਪਣਾ ਮਾਨਕ ਸਾਹਿਬ 25 ਲੱਖ ਰੁਪਏ ਤਿਆਰ ਰੱਖਿਓ ਕਹਿੰਦਾ ਮੈਂ ਟਰਾਲਾ ਪਾਉਣਾ ਵੀ ਡਰਾਈਵਰ ਛੱਡ ਕੇ ਜਾਣਾ ਸੋ ਉਹਦੀਆਂ ਸੁਪਨੇ ਉਹਦੇ ਬਹੁਤ ਵੱਡੇ ਆ ਜੀ ਪਰ ਮੈਨੂੰ ਆ ਨਹੀਂ ਸੀ ਪਤਾ ਵੀ 3 ਮਹੀਨੇ ਮੈਨੂੰ ਘਰੇ ਬੈਠੇ ਨੂੰ ਹੋਗੇ ਜਿੱਥੇ ਮੈਂ ਗਾ ਕੇ ਆ ਉੱਥੇ ਵੀ ਸਿੱਖ ਸੰਗਤ ਬੈਠੀ ਸੀ ਕਿ 25 ਲੱਖ ਮੈਂ ਦੇ ਦੂੰਗਾ ਨਹੀਂ ਮੈਂ ਬਿਲਕੁਲ ਨਹੀਂ ਕਿਹਾ ਉਹ ਕਹਿੰਦਾ ਕਿ हसन ਕਹਿੰਦਾ ਕਿ ਸਰਪੰਚ ਨੂੰ ਬਾਹਰ ਲੈ ਗਿਆ हसन ਕਹਿੰਦਾ ਮੇਰੀ ਸੈਟਿੰਗ ਕਰਵਾ ਦੇ ਨੇ ਸਰਪੰਚ ਸਾਹਿਬ ਨੂੰ ਮੈਂ ਬਾਹਰ ਤਾਂ ਲੈ ਕੇ ਗਿਆ ਵੀ ਮਹਾਰਾਜ ਤੁਸੀਂ ਇਹਨੂੰ ਇਹ ਕਹੋ ਵੀ ਸਾਨੂੰ 10 ਦਿਨਾਂ ਦਾ ਟਾਈਮ ਦੇ ਦੇ ਹੂੰ ਮੈਨੂੰ ਦੱਸ ਦਿਨਾ ਦਾ ਬਾਈ ਹੁਣ 25 ਲੱਖ ਕਿਹੜਾ ਜੇਬ ਚ ਪਾਇਆ ਵਾ ਹੁੰਦਾ ਜੇ ਚੱਲ ਜੇ ਮੈਂ ਮੰਨਿਆ ਵੀ ਆ 25 ਲੱਖ ਮੇਰੀ ਜੇਬ ਚ ਪਾਇਆ ਯਾਰ ਮੈਂ ਕਿਸੇ ਦਾ ਮਿਹਨਤ ਤਾਰ ਲਾ ਕਿਸੇ ਦੀ ਰਾਇ ਤਾਂ ਕਿਸੇ ਦੀ ਕਿਸੇ ਨਾਲ ਤਾਂ ਮੈਂ ਤੁਰੂ ਬਾਈ ਕਿਸੇ ਦਸ ਦਿਨਾ ਬਾਅਦ ਗੱਲ ਹੋਈ ਕੋਈ ਦਸ ਦਿਨਾ ਬਾਅਦ ਹੋਈ ਮੈਂ ਉਹਨੂੰ ਕਹਾ ਮੈਂ ਕਿ ਕੋਈ ਕੰਪਨੀ ਵਾਲਾ ਮੇਰੀ ਬਾਹ ਨਹੀਂ ਫੜ ਰਿਆ ਕੋਈ ਬੰਦਾ ਹੰਮੀ ਨਹੀਂ ਭਰ ਰਿਆ ਠੀਕ ਆ ਨਾ ਜਦੋਂ ਬੰਦਾ ਕਹੀ ਜਾਂਦਾ ਵੀ 30 ਲੱਖ ਰੁਪਇਆ ਬਜਟ ਮੈਨੂੰ ਮਿਲ ਗਿਆ ਜੀ ਵਾਈਟ ਹੈਲ ਤੋਂ ਫਲਾਨੀ ਫਲਾਨੀ ਕੰਪਨੀ ਤੋਂ ਬਜਟ ਮਿਲ ਗਿਆ YouTube ਦੇ ਮੈਂ ਪੈਸੇ ਨਹੀਂ ਦੇਣੇ ਫਿਰ ਬਾਈ ਮੈਂ ਕਾਦੇ ਪੈਸੇ ਦ ਉਹਨੂੰ ਐਸਬੀਏ ਦਾ ਜਿਹੜਾ ਮੁੱਦਾ ਉਹ ਟੱਕਿਆ ਜਾਵੇ ਤੇ ਮੈਂ ਜਿਹੜੀ ਸਿੱਖੀズム ਦੇ ਲੋਕ ਆ ਮੈਂ ਇਹਦੇ ਮਗਰ ਪਾ ਦਿਆਂ। ਬਈ ਉਸ ਸਮੇਂ ਪੰਚਾਇਤ ਵਿੱਚ ਕਿਹੜੇ-ਕਿਹੜੇ ਬਾਈ ਸੀਗੇ ਮੈਂ ਉਹਨਾਂ ਨਾਲ ਵੀ ਗੱਲ ਕਰਨੀ ਚਾਹਾਂਗਾ। ਵੈਸੇ ਤੁਹਾਡਾ ਕੰਟਰੈਕਟ ਕਿੰਨੇ ਚਿਰ ਦਾ ਹੋਇਆ ਸੀ? ਕੰਟਰੈਕਟ ਮੇਰਾ ਬਈ 5 ਸਾਲ ਦਾ ਹੋਇਆ ਸੀ। ਹੁਣ ਭਾਵੇਂ ਉਹ 99 ਸਾਲ ਦਾ ਲਿਖੀ ਜਾਣ। ਜਦੋਂ ਮੈਂ ਉਹ ਬੰਦੇ ਨਾਲ ਕੰਮ ਹੀ ਨਹੀਂ ਕਰਨਾ ਆ ਜਿਹੜੀ ਹਰਕਤਾਂ ਨੇ ਹੁਣ ਕੀਤੀ ਆ ਉਹ ਮੈਂ ਕਹਿੰਦਾ ਉਹ ਗੁਰੂ ਸਾਹਿਬ ਤੋਂ ਵੀ ਨਹੀਂ ਡਰਿਆ ਯਾਰ। ਜੇ ਮੈਂ ਬੋਲਿਆ ਵੀ ਆ ਯਾਰ ਤੂੰ ਕਿਹ ਚੀਜ਼ ਨੂੰ ਲੋਕਾਂ 'ਚ ਕਿਉਂ ਲੈ ਕੇ ਆਉਣਾ? ਤੇਰੇ 'ਚ ਕੋਈ ਦ ਸਿਰਫ ਜਿਹੜਾ 50000 ਰੁਪਿਆ ਮਾਨਕ ਸਾਹਿਬ ਦੇ ਜਾਨੀ ਕਿ ਫੈਮਲੀ ਨੂੰ ਸਰਬਜੀਜੀ ਨੂੰ ਦੇਣ ਲਈ ਦਿੱਤਾ ਉਹ ਬਾ ਕਿਉਂ ਕਰਵਾਇਆ ਕੀ ਰੀਜ਼ਨ ਕੀ ਰੀਜ਼ਨ ਇਹੀ ਸੀ ਵੀ ਇਹ ਦੁਬਾਰੇ ਫੇਰ ਪਰਿਵਾਰ ਨਾਲ ਰਲ ਜੂਗਾ ਜਾ ਕੇ ਤਾਲਮੇਲ ਦੁਬਾਰੇ ਇਹਨਾਂ ਦਾ ਹੋ ਜੂਗਾ ਵੀ ਮੇਰੇ ਜੋਗਾ ਰਹਿ ਜਵੇ ਕੱਲਾ ਰਹਿ ਜਵੇ ਉਹਦਾ ਪਿੰਡ ਨਹੀਂ ਸੀ ਹਉਣ ਦੰਦਾ ਚਾਰ ਚਾਰ ਮਹੀਨੇ ਪੰਜ ਪੰਜ ਮਹੀਨੇ ਮੇਰੇ ਪਿੰਡੋਂ ਜੇ ਕਿਸੇ ਨੇ ਫੋਨ ਵੀ ਲਾਇਆ ਉਹਨੂੰ ਵੀ ਸਾਡੀ ਹਸਨ ਨਾਲ ਗੱਲ ਕਰਾ ਦੇ ਜਾਂ ਪ੍ਰੋਗਰਾਮ ਕਰਾਉਣਾ ਉਹ ਕਹਿੰਦਾ ਸੀ ਵੀ ਉਹਦੇ ਭਰਾ ਨੂੰ ਮਿਲ ਲਓ ਜਾ ਕੇ ਕਰੇ ਸੋ ਇਦਾਂ ਦੀਆਂ ਗੱਲਾਂ ਬਾਕੀ ਉਹ ਕਹਿੰਦਾ ਕਿ ਉੱਥੋਂ ਕਮੇਟੀ ਤੋਂ 50000 ਲੈ ਮੈਨੂੰ ਇਹ ਕਹਿੰਦਾ ਵੀ ਮੈਨੂੰ ਨਾ ਬਾਅਦ ਚ ਦੱਸਾਂਗੇ ਪਹਿਲਾਂ ਦੇ ਦਈਏ ਕੋਈ ਹੋਈ ਸੇ ਇਦਾਂ ਦੀ ਗੱਲ ਇਹ ਮਾੜੀ ਗੱਲ ਹੈ ਜੀ ਮੈਂ ਕਿਸੇ ਲਈ ਮਦਦ ਨਹੀਂ ਕਰ ਸਕਦਾ ਇਹ ਕੋ ਹੋਰ ਭੈਣ ਭਾਈ ਮੇਰੇ ਪਰਿਵਾਰ ਲਈ ਮਦਦ ਕਰਦਾ ਤੇ ਮੈਂ ਤਾਂ ਗੱਡੀ 'ਚ ਤੇਲ ਵੀ ਹੈਗਾ ਚਲਾਉਣੀ ਮੈਂ ਆ ਇੱਕ ਉਹਨਾਂ ਦੇ ਘਰੇ ਜਾ ਕੇ ਮੈਂ ਪੈਸੇ ਫੜਾ ਵੀ ਨਹੀਂ ਸਕਦਾ ਫਿਰ ਆਪਦੇ ਜੀ ਹੋਣ ਦਾ ਬਾਈ ਜੀ ਫਿਰ ਤਾਂ ਕੋਈ ਆਪਾਂ ਨੂੰ ਕਹਿੰਦਾ ਛਿੰਦੇ ਨੂੰ ਫੜਾ ਦਿੰਦੇ ਉਹਦੇ ਮੈਂ ਵਰਡ ਸੁਣੇ ਕਿ ਛਿੰਦਾ ਵੀ ਜਾਂਦਾ ਹੁੰਦਾ ਸੀ ਛਿੰਦੇ ਨੂੰ ਫੜਾ ਦਿੰਦੇ ਹਸਨ ਨੂੰ ਨਹੀਂ ਫੜਾਉਣੇ ਸੀ ਮੈਂ ਆਪਦਾ ਪੱਖ ਰੱਖਣਾ ਸੀ ਕੱਲ ਨੂੰ ਮੈਨੂੰ ਦੇਣੀ ਨਾ ਗੱਲ ਆ ਜਾਂਦੀ ਇੱਕ ਗੱਲ ਕਹਿਣਾ ਜੀ ਫਿਰ ਉਹ ਛਿੰਦਾ ਸਾਹਿਬ ਨੂੰ ਪੁੱਛਦਾ ਹੂੰ ਜਦ ਬੱਲਪਿੰਡ ਵਾਲੇ ਸਿੰਦਾ ਸਾਹਿਬ ਨੂੰ ਪੈਸੇ ਫੜਾ ਦਿੰਦੇ ਉਹ ਕਹਿੰਦੇ ਵੀ ਮਾਨਕ ਦਾ ਦੋਤਾ ਆਇਆ ਹੋਇਆ ਸੀ ਇਹਨੂੰ ਪੈਸੇ ਦੇਣੇ ਆ ਜਿਦੋਂ ਆਪਣੀ ਨਾਨੀ ਨੂੰ ਦੇ ਕੇ ਆਈ ਕਹਿੰਦਾ ਮਮਾ ਇਹਨੇ ਮਾਨਕ ਨੇ ਮੰਗੇ ਸੀ ਆਪ ਮੰਗੇ ਸੀ ਅਸਰ ਨੇ ਮੈਨੂੰ ਕੀ ਪਤਾ ਸੀ ਉਹਨਾਂ ਨੇ ਮੈਨੂੰ 50000 ਦੇਣਾ ਬੀਬੀ ਲਈ ਮੈਂ ਕੋਈ ਉਹਨਾਂ ਨੂੰ ਪਹਿਲਾਂ ਮੇਰੀ ਰੈਕ ਹੋਈ ਵੀ ਸੀ ਵੀ ਜਦੋਂ ਮੈਂ ਪ੍ਰੋਗਰਾਮ ਲਾਉਣ ਆਉਂਗਾ ਤੇ ਤੁਸੀਂ 50000 ਰੁਪਇਆ ਮੈਨੂੰ ਵੀ ਫੜਾ ਦਿਓ ਤੇ ਮੈਂ ਬੀਬੀ ਨੂੰ ਦੇ ਆਉਂਗਾ ਠੀਕ ਆ ਨਾ ਆਪਣ ਕੋਈ ਆਪਣੀ ਰਾਇ ਤਾਂ ਨਹੀਂ ਹੋਈ ਅੱਜ ਹ ਨਹੀਂ ਹੋਈ ਤੁਸੀਂ ਕਿਹਾ ਮੈਂ ਆਉਣਾ ਮੈਂ ਕਿਹਾ ਮਹਾਰਾਜ ਆਓ ਜੀ ਹਾਂ ਨੂੰ ਕੋਈ ਰਾਇ ਕਰਕੇ ਤਾਂ ਨਹੀਂ ਮੈਂ ਕੱਟ ਕੀਤਾ ਮੈਂ ਇਹਨਾਂ ਨੂੰ ਫੋਨ ਲਾਇਆ ਵੀ ਜੀ ਆਪਾਂ ਵੀ ਮੇਰੇ ਵੱਲੋਂ ਮੈਂ ਸਪਸ਼ਟੀਕਰਨ ਦੇਣਾ ਵੀ ਆਜੋ ਮੌਕੇ ਤੇ ਸਾਰੇ ਆਏ ਆ ਜੀ ਬਿਲਕੁਲ ਭਾਈ ਵਿਆਹ ਜਿਹਾ ਵਿਆਹ ਚੋ ਵੀ ਆ ਗਏ ਭਾਈ ਅਸਲ 'ਚ ਤੁਸੀਂ ਪੰਚਾਇਤ 'ਚ ਉਸ ਸਮੇਂ ਸੀ ਕਿਉਂਕਿ ਜੇ ਹਸਨ ਨੂੰ ਸੁਣਦੇ ਆ ਤਾਂ ਹਸਨ ਠੀਕ ਲੱਗਦਾ ਜੇ ਹਿੰਦੀ ਨੂੰ ਸੁਣਦੇ ਆ ਤਾਂ ਹਿੰਦੀ ਠੀਕ ਲੱਗਦਾ ਤੁਸੀਂ ਸਾਂਝੇ ਬੰਦੇ ਹੋ ਕੀ ਗੱਲ ਹੋਈ ਸੀ ਅਸਲ ਵਿੱਚ ਤੁਹਾਨੂੰ ਕੀ ਲੱਗਦਾ ਗੱਲ ਇਹਨਾਂ ਨੇ ਕੱਟ ਰੱਖਿਆ ਸੀ ਬਈ ਪਤਾ ਨਹੀਂ ਕਿੰਨੀ ਤਰੀਕ ਸੀ ਕਿ ਤਿੰਨ ਤਰੀਕ ਤਿੰਨ ਤਰੀਕ ਦਾ ਕੱਟ ਰੱਖਿਆ ਸੀ ਹਿੰਦੀ ਆਇਆ ਚਲੋ ਉਹਦੇ ਨਾਲ ਆਪਦੇ ਮੋਤਵਾਰ ਬੰਦੇ ਸੀਗੇ ਜੋ ਵੀ ਹਨ ਪਰ ਉਹ ਬੰਦੇ ਦੀ ਵਰਡਿੰਗ ਸੀ ਜਿਹੜੀ ਕੰਪਰੋਮਾਈਜ਼ ਵਾਲੀ ਨਹੀਂ ਸੀਗੀ ਉਹ ਗੱਲਾਂ ਕਰੀਆਂ ਅਸੀਂ ਇਹਨੂੰ ਗਧੇ ਤੋਂ ਘੋੜਾ ਬਣਾਇਆ ਇਹ ਮਰਾਸੀ ਦੀ ਨਹੀਂ ਾਕਾਤ ਨਹੀਂ ਸੀਗੀ ਵੀ ਸਾਡੇ ਬਰਾਬਰ ਖੜਾ ਹੋ ਜਾਏ ਜਾਂ ਇਹਦੀ ਾਕਾਤ ਨਹੀਂ ਸੀਨੀ ਵੀ ਇੱਥੇ ਹਾਈ ਲੈਵਲ ਤੇ ਕਰ ਜਾਣ ਦੀ ਬਸ ਅਜਿਹੀਆਂ ਗੱਲਾਂ ਕੰਪਰੋਮਾਈਜ਼ਲ ਮਤਲਬ ਕੋਈ ਉਹਨਾਂ ਗੱਲ ਨਹੀਂ ਕਰੀ ਇੱਡੀ ਓਕੇ ਇਹ ਵੀ ਬੋਲ ਕੇ ਤਾਂ ਦੱਸ ਰਹੇ ਆ ਉਹ ਕਹਿੰਦਾ ਵੀ ਜਾਤੀ ਸੂਚਕ ਸ਼ਬਦ ਮੈਂ ਦੱਸੇ ਵੀ ਅਸੀਂ ਭਾਈ ਮਰਦਾਨੇ ਦੀ ਔਲਾਦ ਆ ਉਹਨੇ ਮੈਨੂੰ ਇਹ ਚੀਜ਼ ਕਹਿ ਕੇ ਸੰਬੋਧਿਤ ਕੀਤਾ ਹੁਣ ਇਹ ਜਿਹੜੇ ਲੋਕ ਆ ਇਹ ਝੂਠ ਤਾਂ ਬੋਲਦੇ ਨੇ ਹੁਣ ਵੀ ਜਾਂ ਮੈਂ ਇਹਨਾਂ ਨੂੰ ਸਿਖਾਇਆ ਹੋਇਆ ਵੀ ਜਾਂ ਇਹ ਮੇਰੇ ਕੋਈ ਕਰਜ਼ਾਈ ਆ ਜੇ ਮੇਰੀ ਜਾਤੀ ਆ ਮਾਨਸਕੀ ਜਾਤ ਸਭ ਇੱਕੇ ਪਹਿਚਾਨ ਵੋ ਸਾਡੇ ਪਿੰਡ ਦੇ ਨੇ ਤਾਂ ਸਾਡੇ ਨਾਲ ਕਦੇ ਬੇਤ ਕਰਾ ਨਹੀਂ ਕੀਤਾ ਸਾਡੇ ਤਾਂ ਕੋਈ ਨਹੀਂ ਮੈਂ ਚਾਹੇ ਸਾਡੇ ਜਿੰਨੇ ਵੀ ਪਰਿਵਾਰ ਸਿੱਖ ਭਾਈਚਾਰੇ ਦੇ ਆ ਜਾਂ ਮੈਂ ਕਿਸੇ ਦੇ ਵੀ ਘਰੇ ਜਾਣਾ ਸਾਡੇ ਕਦੇ ਕਿਸੇ ਨੇ ਬੇਤ ਕਰਾ ਨਹੀਂ ਕੀਤਾ ਜੀ ਪਹਿਲਾਂ ਮੇਰੇ ਦਾਦਾ ਜੀ ਨੂੰ ਲੋਕ ਪਿਆਰ ਕਰਦੇ ਸੀ ਫਿਰ ਮੇਰੇ ਫਾਦਰ ਸਾਹਿਬ ਫਿਰ ਮੈਂ ਆ ਮੇਰਾ ਭਰਾ ਨਾਲ ਹਨ ਤੇ ਮੇਰੇ ਮੇਰੇ ਤਾਂ ਪਿੰਡ ਦੇ ਨੇ ਕਦੇ ਇਹ ਚੀਜ਼ ਨਹੀਂ ਰੱਖੀ ਸਗੋਂ ਦੀ ਮੇਰੇ ਪਿੰਡ ਦੇ ਤਾਂ ਉਦੋਂ ਵੀ ਕਹਿੰਦੇ ਸੀ ਜਦੋਂ ਮੈਂ ਰੇੜੀ ਲਾਉਂਦਾ ਸੀ ਪਿੰਡ 'ਚ ਵੀ ਯਾਰ ਤੂੰ ਤੇਰੇ ਕੋਲ ਇੰਨੀ ਵਧੀਆ ਆਵਾਜ਼ ਆ ਤੂੰ ਗਾਉਂਦਾ ਕਿਉਂ ਨਹੀਂ ਹੂੰ ਇੱਕ ਬੰਦਾ ਕੈਨੇਡਾ ਤੋਂ ਆ ਕੇ ਜੂਸ ਦੀ ਰੇੜੀ ਲਾ ਰਿਹਾ ਉਹ ਹੰਕਾਰੀ ਆ ਕਿ ਮਿਹਨਤੀ ਹੋਊਗਾ। ਹੂੰ ਮੇਰੇ ਪ੍ਰੋਮੋਟਰ ਨੇ ਮੈਨੂੰ 2015 ਤੋਂ ਉੱਥੇ ਰਹਿਣ ਨਹੀਂ ਦਿੱਤਾ। ਹੂੰ ਇੱਕ ਮੇਰਾ ਕੋਈ ਉੱਥੇ ਰਿਸ਼ਤੇਦਾਰ ਹੈ ਨਹੀਂ ਸੀ। ਹਾਂਜੀ ਉਹਨਾਂ ਜ਼ੋਰ ਲਾ ਲਿਆ ਕਹਿੰਦਾ ਤੈਨੂੰ ਉੱਥੇ ਮੈਂ ਰਹਿਣ ਨਹੀਂ ਦੇਣਾ। ਨਹੀਂ ਮੈਂ ਪਾਜੀ ਜਾਂਦਾ। ਜਿਵੇਂ ਇਹ ਹਜਾ ਹੁੰਦਾ ਪਾਸਪੋਰਟ 파ਟ ਦਾ ਮੈਂ ਲੰਘ ਜਾਂਦਾ। ਪਰ ਮੈਨੂੰ ਆਪਦਾ ਪਰਿਵਾਰ ਦੀ ਨਾਲ ਸੀ ਪਿੱਛੇ। ਵੀ ਜੇ ਮੈਂ 5-7 ਸਾਲ 10 ਸਾਲ ਨਾ ਗਿਆ ਮੇਰੀ ਮਾਂ ਨੂੰ ਜੇ ਕੁਝ ਹੋ ਗਿਆ ਮੇਰੇ ਬਾਪ ਨੂੰ ਕੁਝ ਹੋ ਗਿਆ। ਜਾਂ ਮੈਨੂੰ ਹੀ ਇੱਧਰ ਕੁਝ ਹੋ ਗਿਆ। ਇਮਰੀਆਂ ਦਾ ਹੱਡੀਆਂ ਵੀ ਨਹੀਂ ਜਾਣੀਆਂ ਉੱਥੇ ਕੋਰਟ ਦਾ ਭਾਈ ਕੀ ਫੈਸਲਾ ਆਇਆ ਸੀ ਕੋਰਟ ਨੇ ਭਾਈ ਜਿੱਦਾਂ ਹੁਣ ਮੈਂ 16 ਤਰੀਕ ਨੂੰ ਜਾ ਕੇ ਆਇਆ ਤਾਂ ਜਾਂ ਸਭ ਨੇ ਇੱਕ ਚੀਜ਼ ਕਹੀ ਸੀ ਵੀ ਬਹਿ ਕੇ ਗੱਲ ਨਿਬੇੜ ਲਓ ਹਾਂ ਨਾ ਮੈਂ ਇੱਕ ਗੱਲ ਨੂੰ ਮਾਨਯੋਗ ਅਦਾਲਤ ਦਾ ਦਿਲੋਂ ਧੰਨਵਾਦ ਕਰਦਾ ਪਹਿਲੀ ਗੱਲ ਕੋਈ ਵੀ ਐਦਾਂ ਦੀ ਗੱਲ ਮਾਨਯੋਗ ਅਦਾਲਤ ਕਦੇ ਕਹਿੰਦੀ ਨਹੀਂ ਜਦੋਂ ਉਹਨਾਂ ਕੋਲ ਕੇਸ ਆਇਆ ਹੋਵੇ ਵੀ ਕੇਸ ਇੱਕ ਥਾਂ ਤੇ ਰਿਹਾ ਹਨਾ ਵੀ ਤੁਸੀਂ ਬਹਿ ਕੇ ਚਾਰ ਬੰਦੇ ਬਾਕੇ ਭਾਈ ਸਮਝੌਤਾ ਕਰ ਲਓ ਅਸੀਂ ਉਹਨੂੰ ਵੀ ਕਹਿੰਦੇ ਵੀ ਗਰੀਬ ਬੱਚਾ ਵੀ ਇਹਦਾ ਖੜਾ ਛੱਡ ਜੋ ਤੂੰ ਕਮਾਇਆ ਜੋ ਹੋਇਆ ਵੀ ਇੱਕ ਦੂਜੇ ਨੂੰ ਕਹ ਲੂ ਬੁਲਾਉਂਦੇ ਰਹਿ ਜਾਓਗੇ ਪਰ ਉਹਨੇ ਐਡਾ ਵਧੀਆ ਇਨਸਾਨ ਆ ਉਹਨੇ ਆ ਵੀਡੀਓ ਪੋਆਤੀ ਆ ਮੈਂ ਇੱਕ ਗੱਲ ਕਹਿਣਾ ਜੀ ਉਹਨੇ ਵੀਡੀਓ ਨਹੀਂ ਸੈਂਡ ਕੀਤੀ ਫਿਰ ਉਸੇ ਪ੍ਰੋਗਰਾਮ ਤੀ ਤਿੰਨ ਮਹੀਨੇ ਕੋਈ ਬੰਦਾ ਸਰਚ ਕਰਦਾ ਰਿਆ ਹੂੰ ਫਿਰ ਉਹਨੇ ਜੇ ਮੇਰੀ ਇਹ ਨੈਗੇਟਿਵਿਟੀ ਆ ਜੇ ਮੈਂ ਗਲਤ ਬੋਲਿਆ ਮੈਂ ਸਵੇਰ ਦਾ ਮਾਫੀ ਮੰਗੀ ਜਾਣਾ ਮੈਂ ਮੰਗਦਾ ਰਹੂੰਗਾ ਮਰਦੇ ਦਮ ਤੱਕ ਵੀ ਵੀਨ ਮaaf ਕਰ ਦਿਓ ਮੈਂ ਜੀ ਕਹਿਣਾ ਵੀ ਹੁਣ ਤਿੰਨਾਂ ਮਹੀਨਾ ਬਾਅਦ ਹੀ ਮੇਰੀ ਗਲਤੀ ਦਾ ਮੂਰੇ ਆ ਗਈ ਜੇ ਮੈਂ ਕੰਮ ਕਰਦਾ ਰਹਿੰਦਾ ਫਿਰ ਮੈਂ ਸਹੀ ਸੀ ਇਹਦਾ ਮਤਲਬ ਉਹਨਾਂ ਨੇ ਹੋਰ ਵੀ ਬਹੁਤ ਚੀਜ਼ਾਂ ਰੱਖੀਆਂ ਹੋਣਗੀਆਂ ਮੇਰੀਆਂ ਤੁਸੀਂ ਕਹਿ ਰਹੇ ਸੀ ਕਿ ਪੰਚਾਇਤ ਚ ਵੀ ਕਹਿ ਸੀ ਕਿ ਮੈਂ ਹਜੇ ਕੋਈ ਵੀਡੀਓ ਰੱਖੀ ਹੋਈ ਆ ਦਿਖਾਉਂਗਾ ਕਈ ਹੋਈ ਉਹਨਾਂ ਨੂੰ ਕਿਹਾ ਉਹਨੇ ਕਿਹੜੇ ਭਾਈ ਨੂੰ ਕਿਹਾ ਸੀ ਆਪਣੇ ਜੀਤਾ ਭਾਈ ਭਾਈ ਗਿੱਤੇ ਕੀ ਗੱਲ ਹੋਈ ਸੀ ਕਿਹੜੀ ਵੀਡੀਓ ਦੀ ਗੱਲ ਕਰ ਰਿਆ ਸੀ ਭਾਈ ਉਹ ਕਹਿੰਦਾ ਸੀ ਵੀ ਇਹ ਕਿਸੇ ਪ੍ਰੋਗਰਾਮ ਤੇ ਗਲਤ ਬੋਲਿਆ ਵਾ ਵੀ ਉਹ ਮੇਰੇ ਕੋਲੇ ਵੀਡੀਓ ਪਈ ਆ ਮੈਂ ਉਹ ਇਹਦਾ ਸਮਝਾਇਆ ਵੀ ਇਹਨੂੰ ਕਿਹਾ ਵੀ ਮੈਂ ਨਹੀਂ ਤਰੀਏ ਵੀਡੀਓ ਵੈਲ ਕਰ ਲੂਗਾ ਯਾਨੀ ਕਿ ਇਹ ਕਹ ਸਕਦਾ ਹੈ ਬਲੈਕਮੇਲ ਬਲੈਕਮੇਲ ਹੀ ਭਾਈ ਉਹਦੀ ਬਹੁਤ ਉੱਚੀ ਨੀਵੇਂ ਸ਼ਬਦ ਬੋਲੇ ਪੰਚਾਇਤ ਚ ਅਸੀਂ ਮੌਕੇ ਤੇ ਸੀਗੇ ਉੱਥੇ ਤੌਦੀ ਕੋਈ ਵਾਰਡਿੰਗ ਹੈ ਨਹੀਂ ਸੀਗੀ ਵੀ ਫੈਸਲਾ ਕਰਨ ਵਾਲੀ ਜਿਵੇਂ ਪੰਚਾਇਤ ਚ ਆ ਕੇ ਕਰਦੇ ਹੁੰਦੇ ਹੁਣੇ ਵੀ ਆਪਾਂ ਪੰਚਾਇਤ ਚ ਬਹਿ ਕੇ ਪੰਚਾਇਤ ਵਾਂਣ ਵਾਲੀ ਤਾਂ ਗੱਲ ਹੀ ਨਹੀਂ ਸੀਗੀ ਅੱਛਾ ਹਾਂਜੀ ਉਹ ਉਹਦੀ ਵੀਡੀਓ ਇੰਟਰਵਿਊ ਸੁਣੀ ਮੈਂ ਉਹ ਕਹਿੰਦਾ ਕਿ ਪੰਚਾਇਤ ਸੱਦੀ ਗਈ ਸਾਰੇ ਪੰਚਾਇਤ ਬੈਠੇ ਸੀ ਪਰ ਇਹਨਾਂ ਨੇ ਕੰਪਰੋਮਾਈਜ਼ ਨਹੀਂ ਕੀਤਾ ਹਾਂ ਕਹਿੰਦਾ ਮੈਂ ਝੜਕਦਾ ਜ਼ਰੂਰ ਰਿਆਂ ਝੜਕਿਆ ਜ਼ਰੂਰ ਕਿਉਂਕਿ ਮੇਰਾ ਫਰਜ਼ ਬੰਦਾ ਸੀ ਮੇਰਾ ਛੋਟਾ ਸੀ ਬਾਈ ਕਿਵੇਂ ਝੜਕਦਾ ਸੀ ਉਹ ਪੁੱਛ ਲੋ ਝੜਕਣਾ ਜ਼ਰੂਰ ਪੰਚਾਇਤ ਬੈਠੀ ਆ ਉਹ ਕੌਣ ਹੁੰਦਾ ਝੜਕਨ ਵਾਲਾ ਜੋ ਪੰਚਾਇਤ ਕਾਦੇ ਵਾਸਤੇ ਬੈਠੀ ਹੈਗੀ ਝੜਕਣ ਦਾ ਹੱਕ ਸੀਗਾ ਫਿਰ ਉਹ ਆਪ ਹੀ ਨਿਬੇੜ ਲੈਂਦਾ ਪੰਚਾਇਤ 'ਚ ਨਹੀਂ ਉਹ ਕੋਈ ਇਹਨਾਂ ਦੀ ਅੱਡ ਗੱਲ ਹੋਈ ਹੋਣੀ ਆ ਕੋਈ ਤੁਸੀਂ ਮੇਰੀ ਗੱਲ ਨਹੀਂ ਸਮਝਦੇ ਪੰਚਾਇਤ 'ਚ ਉਹ ਇਹਨਾਂ ਨੂੰ ਐ ਪੁੱਛ ਇਹਨਾਂ ਨੂੰ ਤਾਂ ਪੁੱਛ ਲੋ ਮੈਂ ਤਾਂ ਡੇਲੀ ਦੱਸ ਦੱਸ ਕੇ ਮੈਂ ਤਾਂ ਕਹੀ ਪਿਆ ਹੂੰ ਉਹਦਾ ਜਿਹੜਾ ਹੰਕਾਰ ਆ ਮੇਰੇ ਕੋਲ ਰੋਟੀਆਂ ਖਾਧੀਆਂ ਜੀ ਇਹਨੇ ਅੱਛਾ ਤੇ ਪੈਰਾਮੰਟ ਕਲੱਬ ਚ ਰੋਟੀ ਖਵਾਈ ਇਹਨੂੰ ਹੂੰ ਹੈ ਜੀ ਆ ਕੱਪੜੇ ਮੇਰੇ ਮੋੜ ਦੇ ਹੂੰ ਉਹ ਇੱਕ ਇੰਟਰਵਿਊ ਚ ਕਿਹਾ ਸੀ ਕਿ ਮੈਂ ਤਾਂ ਉਹਦੀ ਘਰ ਵਾਲੀ ਨੂੰ ਭੈਣ ਮੰਨਦਾ ਸੀ ਉਹਨੇ ਉਹਦੇ ਲਈ ਵੀ ਉਹ ਅੱਜ ਵੀ ਆ ਉਹਦੇ ਮੈਂ ਇੱਕ ਗੱਲ ਜਾਣਦਾ ਜਿਹੜੇ ਮਰਦ ਹੁੰਦੇ ਆ ਜਿਹੜੇ ਬੰਦੇ ਹੁੰਦੇ ਆ ਉਹ ਬੰਦਿਆਂ ਦੀ ਬੰਦਿਆਂ ਨਾਲ ਲੜਾਈ ਹੁੰਦੀ ਆ ਹੂੰ ਉਹ ਬੰਦਾ ਹੀ ਨਹੀਂ ਹੁੰਦਾ ਜਿਹੜਾ ਆਪ ਦੀ ਲੜਾਈ ਨੂੰ ਲੁਕਾਉਣ ਦੀ ਖਾਤਰ ਬੁੜੀਆਂ ਨੂੰ ਅੱਗੇ ਲੈ ਕੇ ਆਉਂਦਾ ਮੈਂ ਤਾਂ ਇਹ ਚੀਜ਼ ਸਿੱਖੀ ਨਹੀਂ ਜ਼ਿੰਦਗੀ 'ਚ ਜੀ ਵੀ ਅਸੀਂ ਕਰਦੀਆਂ ਜਿਹੜੀਆਂ ਸਾਡੀਆਂ ਮਾਵਾਂ ਭੈਣਾਂ ਸੀ ਉਹਨਾਂ ਨੂੰ ਅੱਗੇ ਲੈ ਕੇ ਆਈਏ ਠੀਕ ਆ ਵੀ ਜਾਂ ਉਹਦੇ ਘਰ ਦੀ ਮੈਂ ਮੈਂ ਕਹਾਂਗਾ ਉਹਦੀ ਇੱਜ਼ਤ ਉਹਦੇ ਘਰ ਦੀ ਉਸ ਤਰ੍ਹਾਂ ਬਣੀ ਰਵੇ ਹਾਂ ਉਹ ਬੇਈਮਾਨ ਇਨਸਾਨ ਹੈ ਮੈਂ ਨਵੇਂ ਮੁੰਡੇ ਨੂੰ ਕਹਾਂਗਾ ਇਹੋ ਜਿਹੇ ਬੰਦੇ ਨਾਲ ਬੇਈਮਾਨ ਬੰਦੇ ਨਾਲ ਕੰਮ ਨਾ ਕਰਿਓ ਅਜਾੜ ਕੇ ਰੱਖ ਦੂਗਾ ਇਹ ਜੀ ਹਾਂ ਅੱਜ ਤੋਂ ਬਾਅਦ ਇਹਦੇ ਨਾਲ ਕੋਈ ਵੀ ਨਹੀਂ ਜਾਊਗਾ ਸਭ ਨੂੰ ਪਤਾ ਲੱਗ ਜਾਣਾ ਵੀ ਕਿੱਦਾਂ ਦਾ ਇਨਸਾਨ ਹੈ ਇਹ ਇੰਨਾਂ ਚੀਜ਼ਾਂ ਦਾ ਫੈਕਟ ਤੁਹਾਡੇ ਦੋਵਾਂ ਤੇ ਹੀ ਥੋੜਾ ਬਹੁਤਾ ਪਵੇਗਾ ਪੈਂਦਾ ਹੀ ਆਇਆ ਅਕਸਰ ਕਿਉਂਕਿ ਜਦੋਂ ਵੀ ਡਿਸਪਿਊਟ ਪੈਂਦਾ ਮੈਂ ਤਾਂ ਇਹ ਕਹਿਣਾ ਕਿ ਪ੍ਰਮਾਤਮਾ ਤੁਹਾਡੀ ਆ ਰੱਖਿਆ ਕਰੇ ਸਾਡੇ ਕਾਫਲੇ ਦੇ ਲੋਕ ਆ ਜਿਹੜੇ ਉਹਨਾਂ ਨੇ ਕਿਹਾ ਸੀ ਵੀ ਆਖੇ ਹਸਨ ਕੋਲੇ ਸਬੂਤ ਹੈਗਾ ਕੋਈ ਮੇਰੇ ਦੋ ਗਵਾਹ ਖੜੇ ਆ ਜਿਹੜੇ ਉੱਦੇ ਪੰਚਾਇਤ ਚ ਬੈਠੇ ਸੀਗੇ ਸਾਡੇ ਨਾਲ ਉਸ ਦਿਨ ਇੱਕ ਹਾਪਨ ਹੋਇਆ ਸੀ ਹੋਰ ਸਾਡੇ ਇੱਕ ਪਿੰਡੋਂ ਮੁੰਡੇ ਦੀ ਐਕਸੀਡੈਂਟ ਚ ਮੌਤ ਹੋਈ ਆ ਉਸ ਦਿਨ ਉਹ ਪਰਿਵਾਰ ਵੀ ਸਰਪੰਚ ਸਾਹਿਬ ਕੋਲੇ ਆਇਆ ਹੋਇਆ ਸੀਗਾ ਹੂੰ ਉਹ ਸਰਪੰਚ ਸਾਹਿਬ ਨੂੰ ਜਦੋਂ ਬਾਹਰ ਲੈ ਕੇ ਗਏ ਉਦੋਂ ਇਹਨੇ ਇਹ ਚੀਜ਼ਾਂ ਬਹੁਤ ਕਲੀਅਰ ਬੋਲੀਆਂ ਓਕੇ ਵੀ ਇਹਦੀ ਾਕਾਤ ਨਹੀਂ ਸੀ ਇਹਦੀ ਆਏ ਨਹੀਂ ਸੀ ਇਹ ਹੋ ਨਹੀਂ ਸੀ ਆ ਸੀ ਹੈ ਨਾ ਜੇ ਮੇਰੀ ਾਕਾਤ ਨਹੀਂ ਵੀ ਬਾਈ ਜੀ ਤੁਸੀਂ ਆਪ ਫਿਰ ਕੰਮ ਕਰ ਲਓ ਜਦੋਂ ਮੈਂ ਤੁਹਾਨੂੰ ਚੰਗਾ ਹੀ ਨਹੀਂ ਲੱਗਦਾ ਤੁਸੀਂ ਮੈਂ ਸੋਚਦਾ ਵੀ ਮੈਂ ਤੁਹਾਡੇ ਲੈਵਲ ਦਾ ਹੈ ਨਹੀਂ ਫਿਰ ਤੁਸੀਂ ਗਾ ਲਓ ਆਪ ਪਰ ਮੇਰੀਆਂ ਇਹ ਜੀਆਂ ਤੁਸੀਂ ਮੇਰੀ ਜਿਹੜੀ ਸ਼ਵਦਾਬਲੀ ਹੈ ਜੇ ਮੈਂ ਗਲਤ ਬੋਲਿਆ ਮੈਂ ਮਾਫੀ ਮੰਗਦਾ ਸਾਰਾ ਤੋਂ ਦੁਬਾਰਾ ਫੇਰ ਹੱਥ ਜੋੜ ਕੇ ਵੀ ਇਹ ਵੀ ਸਿੱਖੇ ਸੁਮਤੇ ਬੱਚੇ ਖੜੇ ਆ ਸਿੱਖਾਂ ਦੇ ਬੱਚੇ ਖੜੇ ਆ ਹੈਨਾ ਬਿਲਕੁਲ ਤੇ ਮੈਂ ਇਹ ਚੀਜ਼ ਕਹਣਾ ਮੈਂ ਇਹਨਾਂ ਦਾ ਇਹਨਾਂ ਤੋਂ ਵੀ ਮਾਫੀ ਮੰਗਦਾ ਮੈਂ ਸ਼੍ਰੋਮਣੀ ਕਮੇਟੀ ਤੋਂ ਵੀ ਮਾਫੀ ਮੰਗੂਗਾ ਪਰ ਜਿਹੜੇ ਇਦਾਂ ਦੇ ਲੋਕ ਆ ਕਿਸੇ ਦੀ ਪਰਸਨਲ ਲਾਈਫ ਚੋਂ ਚੀਜ਼ ਚੱਕ ਕੇ ਜਿਹੜੇ ਮੀਡੀਆ 'ਚ ਲੈ ਕੇ ਆਉਂਦੇ ਆ ਇਹ ਇਹ ਬਹੁਤ ਮੈਂ ਕਹਿੰਦਾ ਵੀ ਇਹ ਵਧੀਆ ਗੱਲ ਨਹੀਂ ਹੈਗੀ ਜੀ ਹੈਨਾ ਜੀ ਸ਼ੁਕਰੀਆ ਭਾਈ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਸੋ ਦੋਸਤੋ ਇਹ ਹਸਨ ਮਾਨਕ ਦੀ ਤੁਸੀਂ ਵੀਡੀਓ ਵੀ ਪੂਰੀ ਸੁਣ ਲਈ ਆ ਸੋ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਇਸ ਵੀਡੀਓ ਨੂੰ ਕਿਵੇਂ ਦੇਖਦੇ ਹੋ ਜੁੜੇ ਹੋ ਲੋਕਵਾਜ ਟੀਵੀ ਦੇ ਨਾਲ ਮੈਂ ਪਰਮਜੀਤ ਸਿੰਘ ਕੈਮਰਾਮੈਨ ਲਾਪਰੀਂਦ ਦੇ ਨਾਲ